ਦਲਿਤ ਵਿਧਾਇਕਾਂ ਮੰਤਰੀਆਂ OBC ਵਿਧਾਇਕਾਂ ਮੰਤਰੀਆਂ ਨੂੰ ਇਹ ਲੱਗਦਾ ਕਿ ਜੇ ਕੁਝ ਹੋਣਾ ਅੱਗੇ ਤਾਂ ਫਿਰ ਅਸੀਂ ਬਾਹਰ ਕਿਉਂ ਰਹੀਏ ਜਦੋਂ ਇਹ ਚੇਂਜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਸਭ ਨੂੰ ਲੱਗਦਾ ਕਿ ਸਾਡੇ ਹਿੱਸੇ ਕੀ ਪਊਗਾ ਚੰਨੀ ਨੇ ਇੱਕ ਨਵੀਂ ਐਂਟਰੀ ਮਾਰੀ ਚੰਨੀ ਦੀ ਨਵੀਂ ਐਂਟਰੀ ਮਾਰਨ ਦਾ ਮਤਲਬ ਇਹ ਹੈ ਕਿ ਚੰਨੀ ਦਾ ਕਦਮ ਹਾਈ ਕਮਾਂਡ ਕੋਲੇ ਵੱਡਾ ਕਿਵੇਂ ਹੋਵੇ ਅਲੋਕ ਡਿਪਟੀ ਸੀਐਮ ਬਣ ਰਿਹਾ ਤਾਂ ਡਿਪਟੀ ਸੀਐਮ ਫਿਰ ਦਲਿਤ ਕਿਉਂ ਨਹੀਂ ਜਦੋਂ ਪਹਿਲਾਂ ਹੀ ਚਰਚਾ ਚੱਲ ਰਹੀ ਹੈ ਦੇਖੋ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਆਪਣੀ ਪੋਲਿਟਿਕਸ ਨੂੰ ਸਭ ਸਾਧ ਰਹੇ ਨੇ। ਦਲਿਤ ਵਿਧਾਇਕਾਂ, ਮੰਤਰੀਆਂ, OBC ਵਿਧਾਇਕਾਂ, ਮੰਤਰੀਆਂ ਨੂੰ ਇਹ ਲੱਗਦਾ ਕਿ ਜੇ ਕੁਝ ਹੋਣਾ ਅੱਗੇ ਤਾਂ ਫਿਰ ਅਸੀਂ ਬਾਹਰ ਕਿਉਂ ਰਹੀਏ ਜਿਵੇਂ ਬਹੁਤ ਵੱਡਾ ਸਵਾਲ ਉਠਾਇਆ ਗਿਆ ਕਿ ਜ਼ਿਲ੍ਹਿਆਂ ਦੇ ਅੰਦਰ ਸਾਡੇ ਕਹੇ ਤੋਂ ਤਾਂ SSP ਨਹੀਂ ਲੱਗਦੇ, ਸਾਡੇ ਕਹੇ ਤੋਂ ਤਾਂ DC ਨਹੀਂ ਲੱਗਦੇ। ਔਰ ਕੈਪਟਨ ਦੀ ਕੈਬਨਿਟ ਨੂੰ ਜਟਾਂ ਦੀ ਕੈਬਨਿਟ ਕਿਹਾ ਜਾਂਦਾ ਹੈ। ਯਾਨੀ ਉੱਚ 7-8 ਜਿਹੜੇ ਐ ਜੱਟ ਮੰਤਰੀ ਐ ਡੈਮੋਕ੍ਰੇਸੀ ਚ ਕੀ ਹੁੰਦਾ ਕਿ ਪਾਰਟਿਸਪੇਸ਼ਨ ਜਿੰਨੀ ਕਿਸੇ ਦੀ ਗਿਣਤੀ ਓਨੀ ਹਿੱਸੇਦਾਰੀ ਇਹ ਲੋਕਤੰਤਰ ਦਾ ਇੱਕ ਰੂਲ ਹੈ ਤਾਂ ਕੈਬਨਿਟ ਬਾਰੇ ਹਮੇਸ਼ਾ ਸਵਾਲ ਉੱਠਦੇ ਰਹੇ ਆ ਔਰ ਇਲਾਕਿਆਂ ਦੇ ਅੰਦਰ ਫਿਰ ਉਹਨਾਂ ਦਾ ਹੀ ਦਬਦਬਾ ਹੁੰਦਾ ਉਹਨਾਂ ਦੀ ਐਸਐਸਪੀ ਲੱਗਦੇ ਨੇ ਉਹਨਾਂ ਦੀ ਡੀਸੀ ਲੱਗਦੇ ਨੇ ਜਾਂ ਉਹਨਾਂ ਦਾ ਦਬਦਬਾ ਹੁੰਦਾ ਅਫਸਰशाही ਦੇ ਉੱਤੇ ਤਾਂ ਜਦੋਂ ਇਹ ਚੇਂਜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਸਭ ਨੂੰ ਲੱਗਦਾ ਕਿ ਸਾਡੇ ਹਿੱਸੇ ਕੀ ਪਊਗਾ ਤਾਂ ਕਿਤੇ ਨਾ ਕਿਤੇ ਕਨਸੋਲੀਡੇਸ਼ਨ ਹੋ ਰਹੀ ਹੈ ਹਾਲਾਂਕਿ ਕੁਝ ਲੋਕ ਕਹਿ ਰਹੇ ਨੇ ਕਿਤੇ ਕਨਸੋਲੀਡੇਸ਼ਨ ਚ ਕੈਪਟਨ ਦੇ ਜਿਵੇਂ ਰਾਜਕੁਮਾਰ ਵੀਰਕਾ ਕੈਪਟਨ ਦੇ ਖਾਸ ਨੇ ਉਹ ਵੀ ਉੱਥੇ ਸੀਗੇ ਕੈਪਟਨ ਦੇ ਧੜੇ ਦੇ ਵੀ ਖਾਸ ਲੋਕ ਉੱਥੇ ਸੀ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਉਹ ਸਿਆਸਤ ਨੂੰ ਵੀ ਬੁੱਝਣਾ ਚਾਹੁੰਦੇ ਨੇ ਉਹਨਾਂ ਸਾਰੀਆਂ ਮੀਟਿੰਗਾਂ ਚੋਂ ਕਿ ਭਾਈ ਅੰਦਰ ਚੱਲ ਕੀ ਰਿਹਾ ਅਗਰ ਮੇਰੇ ਬੰਦੇ ਵੀ ਹੋਣਗੇ ਤਾਂ ਦੱਸਦੇ ਰਹਿਣਗੇ ਕੀ ਚੱਲ ਰਿਹਾ ਔਰ ਜਿਹੜੀ ਅਗਲੀ ਚੇਂਜ ਦੀ ਗੱਲ ਚੱਲ ਰਹੀ ਹੈਗੀ ਜਿਹਨੂੰ ਲੈ ਕੇ ਪੂਰੀ ਖਲਬਲੀ ਮੱਚੀ ਹੈ ਜਿਵੇਂ ਚਰਨਜੀਤ ਚੰਨੀ ਨੇ ਉਹਦੇ ਸੂਤਰਧਾਰ ਵੀ ਸੀ ਪ੍ਰਗਟ ਸਿੰਘ ਵੀ ਉਹਦੇ ਸੂਤਰਧਾਰ ਸੀ ਪ੍ਰਗਟ ਤਾਂ ਚਲੋ ਮੰਨੇ ਹੀ ਜਾਂਦੇ ਸੀ ਨਵਜੋਤ ਸਿੱਧੂ ਦੇ ਪਰ ਚੰਨੀ ਨੇ ਇੱਕ ਨਵੀਂ ਐਂਟਰੀ ਮਾਰੀ ਚੰਨੀ ਦੀ ਨਵੀਂ ਐਂਟਰੀ ਮਾਰਨ ਦਾ ਮਤਲਬ ਇਹ ਹੈ ਕਿ ਚੰਨੀ ਦਾ ਕਦ ਹਾਈ ਕਮਾਂਡ ਕੋਲੇ ਵੱਡਾ ਕਿਵੇਂ ਹੋਵੇ ਚੰਨੀ ਦਿਖਾਉਣਾ ਚਾਹੁੰਦੇ ਨੇ ਕਿ ਮੈਂ ਹਾਈ ਕਮਾਂਡ ਦਾ ਬੜਾ ਵਫਾਦਾਰ ਹਾਂ ਯਾਨੀ ਕਾਂਗਰਸ ਪਾਰਟੀ ਦਾ ਬੜਾ ਵਫਾਦਾਰ ਹਾਂ ਔਰ ਇਹ ਸਾਰੇ ਲੋਕ ਮੰਨ ਰਹੇ ਨੇ ਕਿ ਅਗਰ ਬੇੜੀ ਪਾਰ ਲੱਗੇਗੀ ਉਹਦੇ ਚ ਕੈਪਟਨ ਤੋਂ ਬਿਨਾਂ ਵੀ ਜ਼ਰੂਰਤ ਆ ਉਹਨਾਂ ਲੋਕਾਂ ਦੀ ਜਿਹੜੇ ਬੇੜੀ ਪਾਰ ਲਵਾ ਦੇਣਗੇ ਜਿਵੇਂ ਕੱਲ ਪ੍ਰਗਟ ਸਿੰਘ ਨੇ ਸਿੱਧੇ ਤੌਰ ਤੇ ਕਿਹਾ ਕਿ ਕੈਪਟਨ ਦੇ ਹੁੰਦਿਆਂ ਬੀੜੀਪਾਰ ਨਹੀਂ ਲੱਗੇਗੀ। ਯਾਨੀ ਜੇ ਕੋਈ ਚੇਂਜ ਹੁੰਦੀ ਹੈ ਉਹਦੇ ਸਿਪੇ ਸਲਾਰ ਤੇ ਉਹਦੇ ਇਹ ਦਿਖਾਉਣਾ ਕਿ ਦੇਖੋ ਜੀ ਅਸੀਂ ਤਾਂ ਉਹਦੇ ਖੜੇ ਸੀ ਜਦੋਂ ਲੋੜ ਸੀ ਪਾਰਟੀ ਨੂੰ। ਤੇ ਹਾਈ ਕਮਾਂਡ ਵੀ ਬਹੁਤ ਸਾਰੀਆਂ ਗੱਲਾਂ ਨੂੰ ਦੇਖ ਰਹੀ ਹੈ। ਰਾਹੁਲ ਗਾਂਧੀ ਖੁਦ ਰਵਨੀਤ ਬਿੱਟੂ ਨੇ ਕਿਹਾ ਬੜੇ ਫਿਕਰਮੰਦ ਨੇ ਬੇਅਦਵੀ ਨੂੰ ਲੈ ਕੇ। ਔਰ ਕਾਂਗਰਸ ਦੇ ਇੱਕ ਹੋਰ ਵੱਡੇ ਲੀਡਰ ਵੀ ਕਹਿੰਦੇ ਨੇ ਕਿ ਲਗਾਤਾਰ ਰਾਹੁਲ ਗਾਂਧੀ ਇਸ ਮਸਲੇ ਤੇ ਗੱਲ ਕਰ ਰਹੇ ਨੇ। ਇਹਨੂੰ ਮਿਨਿਊਟਲੀ ਵਾਚ ਕਰ ਰਹੇ ਨੇ ਰਾਹੁਲ ਗਾਂਧੀ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਸੰਪਰਕ ਆ ਇਹ ਗੱਲ ਕਹੀ ਜਾਂਦੀ ਹੈ ਕਿ ਕਮਾਨ ਸੋਨੀਆ ਕੋਲ ਆ ਉਹ ਵੱਖਰੀ ਗੱਲ ਆ ਕਿ ਸੋਨੀਆ ਇਸ ਟਾਈਮ ਪ੍ਰਧਾਨ ਨੇ ਪਰ ਸਾਨੂੰ ਪਤਾ ਕਿਵੇਂ ਰਾਹੁਲ ਨੂੰ ਡੀਰੀਲ ਕਰਨ ਦੇ ਲਈ ਜਿਹੜੀ ਪੁਰਾਣੀ ਲੀਡਰਸ਼ਿਪ ਸੀ ਉਹਨੇ ਕੀਤਾ ਹੁਣ ਸਭ ਤੋਂ ਵੱਡਾ ਰੋਲ ਆ ਇਹ ਵੀ ਹੈ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਆ ਜਿਵੇਂ ਮੰਨ ਲਓ ਬ੍ਰਹਮੇਂਦਰਾ ਦਾ ਬਿਆਨ ਆਇਆ ਕੈਪਟਨ ਦੇ ਪੱਖ 'ਚ ਪਰ ਬ੍ਰਹਮੇਂਦਰਾ ਕਮਲਲਾਖ ਦੇ ਬੜਾ ਨੇੜੇ ਨੇ ਕਮਲਲਾਖ ਦਾ ਉਹੀ ਪੁਰਾਣਾ ਧੜਾ ਜਿਹੜਾ ਸਿੰਧਿਆ ਦੇ ਨਾਲ ਲੜਾਈ ਗਹਿਲੋਤ ਦੀ ਪਾਇਲਟ ਦੇ ਨਾਲ ਲੜਾਈ ਤਾਂ ਉਹਦੇ 'ਚ 23 ਕਿਹਾ ਜਾਂਦਾ ਸੀ ਜਿੱਥੇ ਮਨੀਸ਼ ਤਵਾੜੀ ਤੋਂ ਲੈ ਕੇ ਕਾਂਗਰਸ ਦੇ ਸਿੰਬਲ ਵੱਡੇ ਵੱਡੇ ਲੀਡਰ ਇੱਕ ਫਰੰਟ ਦੇ ਉੱਤੇ ਗੁਲਾਮ ਨਬੀ আজাদ ਇਹ ਸਾਰੇ ਇਕੱਠੇ ਹੋਏ ਸੀ ਔਰ ਪ੍ਰਧਾਨ ਮੰਤਰੀ ਨੇ ਪ੍ਰਸ਼ੰਸਾ ਦੇ ਪੁੱਲ ਬੰਨਤੇ ਸੀ ਗੁਲਾਮ ਨਬੀ আজাদ ਜਿਹੜੇ ساری ਉਮਰ ਕਾਂਗਰਸੀ ਰਹੇ ਉਹਨਾਂ ਦੇ ਪੁੱਲ ਬੰਨਤੇ ਸਫਤਾਂ ਦੇ ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਅੰਦਰ ਇਹਦਾ ਮਤਲਬ ਕੀ ਹੈ ਕਿ ਕਾਂਗਰਸ ਜਿਹੜੀ ਹਿਲਜੁਲ ਹੋ ਰਹੀ ਹੈ ਉਹਨੂੰ ਬੀਜੇਪੀ ਵੀ ਦੇਖ ਰਹੀ ਹੈ ਔਰ ਉਹਦੇ ਚੋਂ ਫਿਰ ਕਨਸੋਲੀਡੇਸ਼ਨ ਇਸ ਤਰੀਕੇ ਨਾਲ ਹੋਏਗੀ ਪੋਲਿਟੀਕਲ ਤੌਰ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੀ ਲੜਾਈ ਲੜੀ ਜਾਵੇ ਉਹਨੂੰ ਲੈ ਕੇ ਦਲਤਾਂ ਨੂੰ ਲੱਗਦਾ ਕਿ ਕੱਲ ਨੂੰ ਇਹ ਨਾ ਹੋਵੇ ਦਲਤ ਭਾਈਚਾਰੇ ਦੇ ਜਿੰਨੇ ਐਮਐਲਏ ਨੇ ਉਹਨਾਂ ਨੂੰ ਇਹ ਲੱਗਦਾ ਕਿ ਕੱਲ ਨੂੰ ਜਦੋਂ ਚੇਂਜ ਹੋਏਗੀ ਤਾਂ ਅਸੀਂ ਵੀ ਉਹ ਚ ਮੋਰੀ ਹੋਈਏ ਮੰਨ ਲਓ ਚਰਚਾ ਚੱਲਦੀ ਹੈ ਕਿ ਜੀ ਕਾਲੀ ਦਲ ਨੇ ਕਿਹਾ ਸਾਡਾ ਡਿਪਟੀ ਸੀਐਮ ਦਲਤ ਹੋਏਗਾ ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਕਿਹਾ ਸੀ ਸਾਡਾ ਡਿਪਟੀ ਸੀਐਮ ਦਲਤ ਹੋਏਗਾ ਕਾਂਗਰਸ ਦੇ ਅੰਦਰ ਬਹੁਤ ਸਾਰੀਆਂ ਚਰਚਾਵਾਂ ਇਸ ਤਰ੍ਹਾਂ ਦੀਆਂ ਚੱਲਦੀਆਂ ਰਹੀਆਂ ਕਿ ਦਲਤਾਂ ਨੂੰ ਕੋਈ ਵੱਡਾ ਆਉਦਾ ਕਿਉਂ ਨਹੀਂ ਜਦੋਂ ਉਹਨਾਂ ਦੀ ਆਬਾਦੀ 34% ਦੇ ਨੇੜੇ ਆ ਨਾਲ ਓਬੀਸੀ ਮਲਾ ਲਓ ਉਹ 50 60 ਦੇ ਨੇੜੇ ਪਹੁੰਚ ਜਾਂਦੇ ਨੇ ਤਾਂ ਉਹਨਾਂ ਦੀ ਹਿੱਸੇਦਾਰੀ ਕਿਉਂ ਨਹੀਂ ਤਾਂ ਉਹ ਵੀ ਇਹ ਸਾਰੇ ਚੋ ਸਿਆਸਤ ਸੰਧਰ ਇਹਨਾਂ ਨੂੰ ਇਹ ਵੀ ਪਤਾ ਕਿ ਮੰਨ ਲਓ ਕਿ ਚੇਂਜ ਨਹੀਂ ਹੁੰਦੀ ਮੰਨ ਲਓ ਇਹ ਚੀਜ਼ਾਂ ਇਸੇ ਤਰੀਕੇ ਨਾਲ ਸੈਟਲ ਕਰੇਗੀ ਕਾਂਗਰਸ ਜਿਵੇਂ ਪੱਠਲ ਦੇ ਦੌਰ ਚ ਪੱਠਲ ਦੇ ਕੈਪਟਨ ਨੂੰ ਅਡਜਸਟ ਕਰਤਾ ਸੀ ਪੱਠਲ ਨੂੰ ਡਿਪਟੀ ਸੀਐਮ ਬਣਾਤਾ ਸੀ ਕੈਪਟਨ ਸੀਐਮ ਸੀ ਜੋ ਅਡਜਸਟਮੈਂਟ ਵੀ ਹੁੰਦੀ ਆ ਤਾਂ ਸਾਡਾ ਬਾਅਦ ਚੋਂ ਦਾ ਕੇ ਮਿਲ ਗਿਆ ਮੰਨ ਲਓ ਕਿ ਡਿਪਟੀ ਸੀਐਮ ਬਣ ਰਿਹਾ ਤਾਂ ਡਿਪਟੀ ਸੀਐਮ ਫਿਰ ਦਲਤ ਕਿਉਂ ਨਹੀਂ ਜਦੋਂ ਪਹਿਲਾਂ ਹੀ ਚਰਚਾ ਚੱਲ ਰਹੀ ਹੈ ਇਹ ਗੱਲ ਜਿਚਾਉਣ ਦੇ ਲਈ ਇੱਕ ਉਸ ਤਰ੍ਹਾਂ ਦੀ ਕਨਸੋਲੀਡੇਸ਼ਨ ਹੋ ਰਹੀ ਹੈ ਪਰ ਉਹਦੇ 'ਚ ਅਸੀਂ ਦੇਖ ਰਹੇ ਹਾਂ ਇਹ ਕਿਹਾ ਜਾਂਦਾ ਕਿ ਚਾਹੇ ਉਹ ਪਹਿਲੀਆਂ ਮੀਟਿੰਗਾਂ ਨੇ ਹਰ ਮੀਟਿੰਗ ਦੇ ਅੰਦਰ ਕੈਪਟਨ ਆਪਣੇ ਬੰਦਿਆਂ ਨੂੰ ਤੋੜ ਦੇ ਨੇ ਦੂਜੀ ਗੱਲ ਭਰਤਿੰਦਰ ਚਾਹਲ ਦਾ ਬਹੁਤ ਜ਼ੋਰ ਲੱਗਿਆ ਪਿਆਗਾ ਔਰ ਇੱਥੋਂ ਤੱਕ ਕੁਝ ਲੋਕ ਕਹਿੰਦੇ ਨੇ ਜਿਨ੍ਹਾਂ ਕੋਲੇ ਭਰਤਿੰਦਰ ਚਾਹਲ ਜਾ ਰਹੇ ਨੇ ਵੀ ਲੜਾਈ ਤਾਂ ਸਾਡੀ ਸੀਐਮ ਦੇ ਨਾਲ ਆ ਸਵਾਲ ਤਾਂ ਅਸੀਂ ਮੁੱਖ ਮੰਤਰੀ ਤੇ ਖੜੇ ਕਰ ਰਹੇ ਹਾਂ ਮੁੱਖ ਮੰਤਰੀ ਸਾਡੇ ਨਾਲ ਗੱਲ ਕਰਨ ਨਾ ਕਿ ਉਹਨਾਂ ਦੇ ਜਿਹੜੇ ਅੱਗੇ ਸਲਾਹਕਾਰ ਨੇ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਸਾਡੇ ਨਾਲ ਕਿਉਂ ਗੱਲ ਕਰਦੇ ਨੇ ਭਰਤਿੰਦਰ ਚਾਹਲ ਗਏ ਬਹੁਤ ਸਾਰੇ ਲੋਕਾਂ ਕੋਲ ਤੇ ਭਰਤਿੰਦਰ ਚਾਹਲ ਬਾਰੇ ਉਹਨਾਂ ਲੋਕਾਂ ਚ ਬਹੁਤ ਨੇਕਿਆ ਸੜਨਾ ਗੱਲ ਕਰਦਿਆ ਵੀ ਕਿਹ ਕਿ ਭਰਤਿੰਦਰ ਚਾਹਲ ਕਿਉਂ ਜਾ ਰਹੇ ਨੇ ਖੁਦ ਮੁੱਖ ਮੰਤਰੀ ਕਿਉਂ ਨਹੀਂ ਇਸ ਅਗਰ ਉਹਨਾਂ ਨੂੰ ਲੱਗਦਾ ਹੈ ਸੰਕਟ ਹੈ ਤਾਂ ਮੁੱਖ ਮੰਤਰੀ ਗੱਲ ਕਰਨ ਤਾਂ ਮੁੱਖ ਮੰਤਰੀ ਵੜਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਮੁੱਖ ਮੰਤਰੀ ਕੌਲਾਂ ਕਰ ਰਹੇ ਨੇ ਲੋਕਾਂ ਨੂੰ ਮੁੱਖ ਮੰਤਰੀ ਗੱਲ ਕਰ ਰਹੇ ਨੇ ਮੁੱਖ ਮੰਤਰੀ ਦੇ ਸਲਾਹਕਾਰ ਗੱਲ ਕਰ ਰਹੇ ਨੇ ਮੁੱਖ ਮੰਤਰੀ ਦਾ ਜਿਹੜਾ ਕੁੰਬਾ ਜਿਹੜਾ ਮੁੱਖ ਮੰਤਰੀ ਦੇ ਬਹੁਤ ਨੇੜੇ ਰਿਹਾਗਾ ਉਹ ਲੱਗਿਆ ਹੋਇਆ ਅਫਸਰशाही ਲੱਗੀ ਹੋਈ ਹੈ ਪਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨੇੜਲੇ ਲੋਕ ਸੀ ਉਹਨਾਂ ਨੂੰ ਲੱਗਦਾ ਇਹ ਆ ਕਿ ਅਸੀਂ 2022 ਦੇ ਅੰਦਰ ਅਗਰ ਕਾਂਗਰਸ ਬਚੇਗੀ 2022 ਦੇ ਅੰਦਰ ਅਗਰ ਅਸੀਂ ਸੱਤਾ ਚਾਵਾਂਗੇ ਤਾਂ ਬੇਅਦਬੀ ਵਾਲੇ ਮਸਲੇ ਦੇ ਜ਼ਰੀਏ ਅਸੀਂ ਨਹੀਂ ਆ ਸਕਦੇ ਜਿਹਦੇ 'ਚ ਅਸੀਂ ਇਨਾ ਡੈਮੇਜ ਹੋਵਗੇ ਇਹਦੇ 'ਚ ਕੋਈ ਨਵਾਂ ਬੰਦਾ ਆਵੇ ਇਹਨੂੰ ਵੀ ਹੈਂਡਲ ਕਰੇ ਜਾਂ ਮੁੱਖ ਮੰਤਰੀ ਹੈਂਡਲ ਕਰਨ ਔਰ ਉਹ ਸਾਰੇ ਕਹਿੰਦੇ ਜਦੋਂ ਉਹਨਾਂ ਤੋਂ ਪੁੱਛਿਆ ਹੋ ਜਾਏਗਾ ਕੋਈ ਨਹੀਂ ਆਫ ਦੀ ਰਿਕਾਰਡ ਵੀ ਕਹਿੰਦੇ ਨੇ ਜਿਹੜੇ ਸਾਡੇ ਕੈਮਰੇ ਤੇ ਆਏ ਕੈਮਰੇ ਤੇ ਆ ਕੇ ਵੀ ਸਾਰਿਆਂ ਨੇ ਕਿਹਾ ਜਿਹੜੇ ਕੈਮਰੇ ਤੋਂ ਬਾਹਰ ਨੇ ਕੈਮਰੇ ਤੋਂ ਬਾਹਰ ਵਾਲੇ ਵੀ ਜਿਹੜੇ ਕਹਿੰਦੇ ਆ ਹਾਂ ਦੇਵਾਂਗੇ ਇੰਟਰਵਿਊ ਦੇਵਾਂਗੇ ਜੇ ਰੁਕਜੋ ਜੇ ਰੁਕਜੋ ਜੇ ਰੁਕਜੋ ਉਹ ਕਹਿੰਦੇ ਆ ਨਾ ਮਤਲਬ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਕੁਛ ਉਹ ਵੀ ਨਹੀਂ ਜਿਹੜੇ ਸ਼ਾਂਤ ਬੈਠੇ ਨੇ ਜਿਹੜੇ ਹੈਗੇ ਕੈਪਟਨ ਦੇ ਐਂਟੀ ਨੇ ਪਰ ਕਹਿ ਰਹੇ ਆ ਕਿ ਨਹੀਂ ਤੇਲ ਦੇਖੋ ਤੇਲ ਦੀ ਧਾਰ ਦੇਖੋ ਯਾਨੀ ਜਿਹੜੇ ਰਿਸਕ ਨਹੀਂ